किसानी अंदोलन के कारण कोविड के मरीजों तक ऑक्सीजन नहीं पहुँच रही। इस तरह अफवाहों क्लीयर करते हुए निहंग सिंह ने दिल्ली पुलिस को स्पष्ट किया है कि कोरोना की आड़ च सरकार साडे ते अजिहे इल्जाम ना लगावे कि निहंग सिंह ते किसानों वालों रास्ता रोकया जा रहा है। इसलिए असीं दिल्ली पुलिस को दस देना चाहते हाँ कि एंबूलेंस ते ऑक्सीजन दी गड्डियां लई लांघे नूं जगह दिती जावे ते रास्ता खोलिया जावे तां असीं आपस विच मिल के बीमारी नाल लड़ सकीए। ਬਾਬਾ ਜੀ ਅੱਜ ਕੀ ਕਰ ਰਹੇ ਹੋ ਐਸੇ ਉਰੇ? ਅੱਜ ਭਾਈ ਉਹ ਜੋ ਸਾਡੇ 'ਤੇ ਇਲਜ਼ਾਮ ਲਾਉਂਦੇ ਜੀ ਨਿਹੰਗਾ ਸਿੰਘਾਂ ਨੇ ਬੈਰੀਕੇਡ ਕੀਤੀ ਹੋਈ ਆ, ਕੰਟੇਨਰ ਨਹੀਂ ਚੱਕਰ ਦਿੰਦੇ ਜਾਂ ਉਹ ਪੱਥਰ ਨਹੀਂ ਚੱਕਰ ਦਿੰਦੇ ਘੋੜੇ ਅੱਗੇ ਕਰੇ ਆ, ਕੋਈ ਘੋੜੇ ਸਾਈਡ 'ਤੇ ਕਰਕੇ ਰਾਸਤਾ ਕਲੀਅਰ ਕਰਿਆ ਵੀ ਐਂਬੂਲੈਂਸ ਵੀ ਜਾਣ ਦਿਉ ਦਿੱਲੀ ਨੂੰ ਅਤੇ ਆਕਸੀਜਨ ਦੀਆਂ ਗੱਡੀਆਂ ਵੀ ਜਾਣ ਦਿਉ, ਅਤੇ ਦਿੱਲੀ ਪੁਲਿਸ ਨੂੰ ਵੀ ਕਲੀਅਰ ਕਰਿਆ, ਇਹਨਾਂ ਨੇ ਸੈਂਟਰ ਦੀ ਸਰਕਾਰ ਨੂੰ ਕਲੀਅਰ ਕਰਿਆ ਵੀ ਕੱਲ੍ਹ ਨੂੰ ਕਰੋਨਾ ਦੀ ਆੜ ਦੇ ਵਿੱਚ ਲੈ ਕੇ ਨਿਹੰਗਾ ਸਿੰਘਾਂ 'ਤੇ ਇਲਜ਼ਾਮ ਨਾ ਲਾਓ ਵੀ ਇਹਨਾਂ ਨੇ ਰੋਕਿਆ, ਅਸੀਂ ਤੁਹਾਡਾ ਰਾਸਤਾ ਕਲੀਅਰ ਕਰਤਾ, ਤੁਹਾਡੇ ਕੰਟੇਨਰ ਤੋਂ ਮੈਨੂੰ ਖਿੱਚ ਕੇ ਸਾਈਡ 'ਤੇ ਕਰਤੇ, ਤੁਹਾਡਾ ਰਾਸਤਾ ਕਲੀਅਰ ਕਰਤਾ, ਹੁਣ ਦਿੱਲੀ ਪੁਲਿਸ ਚਾਹੇ ਤਾਂ ਹੁਣ ਰਸਤਾ ਖੋਲ੍ਹ ਕੇ ਐਂਬੂਲੈਂਸਾਂ ਨੂੰ ਵੀ ਰਾਹ ਦੇ ਸਕਦੀ ਆ, ਆਕਸੀਜਨ ਨੂੰ ਵੀ ਰਾਹ ਦੇ ਸਕਦੀ ਆ, ਜੋ ਮਰੀਜ਼ ਨੇ ਕਰੋਨਾ ਦੇ ਉਹਨਾਂ ਨੂੰ ਵੀ ਰਾਹ ਦੇ ਸਕਦੀ ਆ। ਕੱਲ੍ਹ ਨੂੰ ਕਿਸਾਨ ਜਥੇਬੰਦੀਆਂ 'ਤੇ ਵੀ ਕੋਈ ਇਲਜ਼ਾਮ ਨਹੀਂ ਲਾ ਸਕਦਾ, ਸਾਡੇ 'ਤੇ ਵੀ ਨਹੀਂ ਲਾ ਸਕਦਾ। ਇਹ ਅਸੀਂ ਤਾਂ ਅੱਜ ਇਹਨਾਂ ਨੂੰ ਸਾਰੀ ਪੁਲਿਸ ਨੂੰ ਬੁਲਾ ਕੇ ਕਲੀਅਰ ਕਰਿਆ ਵੀ ਸਾਡੇ ਵੱਲੋਂ ਇੱਦਾਂ ਦੀ ਕੋਈ ਵੀ, ਅਸੀਂ ਹਮੇਸ਼ਾ ਪ੍ਰਸ਼ਾਸਨ ਦਾ ਸਾਥ ਦਿੱਤਾ, ਉਹ ਭਾਵੇਂ ਕਦੋਂ ਵੀ ਹੈ, ਪ੍ਰਸ਼ਾਸਨ ਤੋਂ ਅਸੀਂ ਬਾਹਰ ਨਹੀਂ ਹੈਗੇ। ਅਸੀਂ ਕੋਈ ਵੀ ਗੱਲ ਕਰਨੀ ਆ ਪ੍ਰਸ਼ਾਸਨ ਨੂੰ ਪਹਿਲਾਂ ਕਲੀਅਰ ਕਰ ਦੇਈਦਾ ਹੁੰਦਾ ਵੀ ਭਾਈ ਇਸ ਸਾਨੂੰ ਇਸ ਗੱਲ ਤੋਂ ਦਿੱਕਤ ਹੋ ਰਹੀ ਆ, ਇਸ ਕਰਕੇ ਤੁਸੀਂ ਕਲੀਅਰ ਕਰੋ। ਨਿਹੰਗ ਜਥੇਬੰਦੀ ਦੀ ਦਿੱਲੀ ਪੁਲਿਸ ਤੋਂ ਤੁਸੀਂ ਕੀ ਚਾਹੁੰਦੇ ਹੋ? ਅਸੀਂ ਇਹ ਗੱਲ ਚਾਹੁੰਦੇ ਹਾਂ ਵੀ ਦੇਖੋ, ਪਰਸੋਂ ਐਂਬੂਲੈਂਸ ਸੀ ਇੱਥੋਂ ਰਾਤੀ ਆਈ, ਉਹ ਮਰੀਜ਼ ਸਾਡੇ ਦੇਖਦੇ ਵੇਖਦੇ ਉਹ ਗੱਡੀ ਉਹਨੇ ਵੜ ਗਈ, ਗਲੀ ਛੋਟੀ ਆ ਉਹ ਜਿਹੜੀ ਇੱਥੇ ਉਹਨਾਂ ਨੇ ਨਾਲ ਦੀ ਗੱਡੀ ਹੋਈ ਆ, ਉਹ ਗੱਡੀ ਅੱਗੇ ਤਾਂ ਵੜ ਗਈ, ਬੈਕ ਨਹੀਂ ਹੋਈ, ਉਹ ਕਰੀਬਨ ਪਿੱਛੇ ਬਹਿ ਕੇ ਤਾਂ ਨਹੀਂ ਹੋਈ, ਪਿੱਛੇ ਜਾਮ ਹੀ ਐਡਾ ਤਕੜਾ ਲੱਗਿਆ ਜੀ, ਪਿੱਛੇ ਹੋ ਹੀ ਨਹੀਂ ਸਕਦਾ ਜੀ, ਉਹ ਮਰੀਜ਼ ਇੱਥੇ ਉਸਨੇ ਸਵਾਸ ਰੱਖਦੇ ਆ। ਅਤੇ ਜੇ ਸਕਿਉਂਤ ਮੋਰਚਾ ਵੀ ਤੁਹਾਡੇ ਨਾਲ ਹੈ? ਕਿੱਦਾਂ ਸਕਿਉਂਤ ਮੋਰਚਾ ਵੀ ਤੁਹਾਡੇ ਨਾਲ ਹੈ? ਸਾਡਾ ਇਹਨਾਂ ਦਾ ਕਿਸੇ ਨਾਲ ਕੋਈ ਲਾਗਾ ਨਹੀਂ, ਸਾਡਾ ਤਾਂ ਇੱਕ ਤਾਂ ਪਹਿਰਾ ਦੇਣਾ ਹੱਕ ਅਤੇ ਸੱਚ ਦਾ, ਕੋਈ ਵੀ ਸਾਡੇ ਕੋਲ ਕੋਈ ਵੀ ਬੇਨਤੀ ਕਰਦਾ ਤਾਂ ਉਹ ਭਾਵੇਂ ਕਿਸਾਨ ਜਥੇਬੰਦੀਆਂ ਵੀ ਸੁਣਨੀ ਆ, ਭਾਵੇਂ ਪੁਲਿਸ ਮੁਲਾਜ਼ਮ ਨੇ ਉਹਨਾਂ ਦੀ ਵੀ ਸੁਣਨੀ ਆ, ਭਾਵੇਂ ਮਿਲਟਰੀ ਉਹਨਾਂ ਦੀ ਵੀ ਸੁਣਨੀ ਆ, ਪਰ ਜਿਹੜੀ ਹੁਣ ਸਾਨੂੰ ਜ਼ਿਆਦਾ ਦਿੱਕਤ ਹੋਈ ਹੈ ਇਹ ਸਾਨੂੰ ਐਂਬੂਲੈਂਸ ਵਾਲਿਆਂ ਨੇ ਬਿਲਕੁਲ ਕਲੀਅਰ ਕਰਿਆ, ਆਕਸੀਜਨ ਦੀਆਂ ਗੱਡੀਆਂ ਨੇ ਕਲਿਆ ਕਲੀਅਰ, ਬਾਬਾ ਜੀ ਵੀ ਤੁਸੀਂ ਅਫਸਰਾਂ ਨੂੰ ਕਹਿ ਕੇ ਗੇਟ ਸਾਨੂੰ ਇੱਕ ਐਂਬੂਲੈਂਸ ਜੋਗਾ ਰਾਹ ਜ਼ਰੂਰ ਕਰਾ ਕੇ ਦਿਉ, ਇੱਥੋਂ ਦਿੱਲੀ 25 ਕਿਲੋਮੀਟਰ ਪੈਂਦੀ ਆ, ਦੂਜੇ ਪਾਸੇ ਦੀ ਦਿੱਲੀ 150 ਕਿਲੋਮੀਟਰ ਪੈਂਦੀ ਆ, 100 ਕਿਲੋਮੀਟਰ ਵੀ ਪੈਂਦੀ ਆ। ਹੁਣ ਦਿੱਲੀ ਪੁਲਿਸ ਕੀ ਕਹਿੰਦੀ ਆ? ਦਿੱਲੀ ਪੁਲਿਸ ਕਹਿੰਦੀ ਵੀ 2 ਦਿਨ ਦਾ ਸਮਾਂ ਦੇ ਦਿਉ, ਅਸੀਂ ਅਫਸਰਾਂ ਨਾਲ ਗੱਲ ਕਰਕੇ ਐਂਬੂਲੈਂਸ ਅਤੇ ਆਕਸੀਜਨ ਦੀਆਂ ਜੋ ਗੱਡੀਆਂ ਬੰਦ ਦੀ ਕਾਰਵਾਈ ਆ ਉਹਨਾਂ ਨੂੰ ਇੱਥੋਂ ਜ਼ਰੂਰ ਬਾਬਾ ਜੀ ਰਾਹ ਕਰਾਂਗੇ, ਸਾਡੇ ਵੱਲੋਂ ਸਾਰਾ ਸੈਰ ਸਫਾਈ ਅਸੀਂ ਕਰਕੇ ਅਫਸਰਾਂ ਨੂੰ ਆਪਣੇ ਵੱਲੋਂ ਦੀ ਰਾਹ ਬਿਲਕੁਲ ਕਲੀਅਰ ਕਰਤਾ। ਕੱਲ੍ਹ ਨੂੰ ਸਾਡੇ 'ਤੇ ਇਹ ਗੱਲ ਨਾ ਕੋਈ ਕਹਿ ਦੇ ਵੀ ਨਿਹੰਗ ਸਿੰਘ ਜਥੇਬੰਦੀਆਂ ਨੇ ਘੋੜੇ ਖੜੇ ਆ ਜਾਂ ਨਿਹੰਗਾਂ ਸਿੰਘਾਂ ਨੇ ਇੱਥੇ ਇਹ ਕਾਰਜ ਕਰਤਾ, ਸਾਡਾ ਸਰਕਾਰ ਅਤੇ ਸਾਡੀ ਸਰਕਾਰ ਦੇ ਨਾਲ ਵੀ ਉਨਾ ਹੀ ਪ੍ਰੇਮ ਹੈ, ਕਿਸਾਨਾਂ ਦੇ ਨਾਲ ਵੀ ਸਾਥ ਸੀ, ਸਾਰਿਆਂ ਦਾ ਭਲਾ ਹੀ ਮੰਗਣਾ ਭਾਈ, ਸਾਡਾ ਕਿਸੇ ਨਾਲ ਕੋਈ ਵੈਰ ਨਹੀਂ, ਕੋਈ ਵਿਰੋਧ ਨਹੀਂ, ਪਰ ਹਮੇਸ਼ਾ ਪੰਥ ਜ਼ੁਲਮ ਨੂੰ ਡੱਕਦਾ ਆਇਆ ਅਤੇ ਡੱਕੂਗਾ ਜ਼ਰੂਰ, ਜੇ ਜ਼ੁਲਮ ਕਰਨਗੇ ਤਾਂ ਇਹਨਾਂ ਨੂੰ ਜੁੱਤਾਂ ਮਿਲਦੀ। ਜੇ ਦਿੱਲੀ ਪੁਲਿਸ 2 ਦਿਨ ਬਾਅਦ ਨਹੀਂ ਖੋਲ੍ਹਦੀ ਤੁਸੀਂ ਕੀ ਕਾਰਵਾਈ ਕਰੋਗੇ? ਦੀ ਕਾਰਵਾਈ ਕਰਕੇ ਅਸੀਂ ਸਾਰੀ ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਹੁੰਦੀ, ਅਫਸਰਾਂ ਨੂੰ ਵੀ ਮੈਂ ਆਈ ਜੀ ਸਾਹਿਬ ਨੂੰ ਵੀ ਮੇਲ ਕੀਤੀ, ਉਹਨਾਂ ਨੂੰ ਵੀ ਫੋਨ ਕੀਤਾ, ਉਹਨਾਂ ਨੂੰ ਵੀ ਸਮਝਾਈ ਹੈ ਗੱਲ ਵੀ ਆਪਾਂ ਇਕੱਠੇ ਹੋ ਕੇ ਇਸ ਮਹਾਂਮਾਰੀ ਦਾ ਜੋ ਸਾਹਮਣਾ ਇਕੱਠੇ ਹੋ ਕੇ ਕਰੀਏ, ਕਿਉਂ ਦੇਖੋ ਸਾਡੀ ਬੰਦ ਦੀ ਲੜਾਈ ਆ, ਸੈਂਟਰ ਦੀ ਸਰਕਾਰ ਦੇ ਨਾਲ ਕਿਸਾਨਾਂ ਦੀ ਲੜਾਈ ਆ, ਅਸੀਂ ਉਹਨਾਂ ਦਾ ਸਾਥ ਉਸ ਮਿਸ਼ਨ 'ਚ ਦੇ ਰਹੇ ਹਾਂ ਪੂਰਾ, ਪਰ ਹੁਣ ਜਿਹੜੀ ਲੜਾਈ ਆ ਉਸ ਟਾਈਮ ਕਰੋਨਾ ਅਤੇ ਦਿੱਲੀ ਪੁਲਿਸ ਅਤੇ ਨਿਹੰਗਾਂ ਸਿੰਘਾਂ ਦੀ ਆ, ਅਤੇ ਦਿੱਲੀ ਪੁਲਿਸ ਅਤੇ ਨਿਹੰਗ ਸਿੰਘ ਆਪਸ ਵਿੱਚ ਸੈਰ ਸਫਾਈ ਹੋ ਕੇ ਰਾਸਤਾ ਖੋਲ੍ਹਣਗੇ ਜ਼ਰੂਰ, ਸਾਨੂੰ ਇਹਨਾਂ ਅਫਸਰਾਂ ਤੋਂ ਬੜੀ ਉਮੀਦ ਹੈ, ਸਾਰੇ ਸੂਝਵਾਨ ਅਫਸਰ ਨੇ, ਬਹੁਤ ਹੀ ਵਧੀਆ ਅਫਸਰ ਨੇ, ਹਮੇਸ਼ਾ ਉਹ ਸਾਡਾ ਵਚਨ ਨਹੀਂ ਕਦੇ ਉਹਨਾਂ ਨੇ ਮੋੜਿਆ, ਅਤੇ ਅਫਸਰਾਂ ਨੇ ਹਮੇਸ਼ਾ ਉਹਨਾਂ ਨੇ ਸਾਡੀ ਜੋ ਵੀ ਅਸੀਂ ਉਹਨਾਂ ਨੂੰ ਕਿਹਾ ਉਹਨਾਂ ਅਫਸਰਾਂ ਨੇ ਕੀਤਾ, ਇਸ ਕਰਕੇ ਅਸੀਂ ਕਿਸੇ ਵੀ ਅਫਸਰ ਨੂੰ ਇੱਦਾਂ ਦਾ ਵਚਨ ਨਹੀਂ ਕਰਨਾ ਚਾਹੁੰਦੇ, ਤਾਂ ਹਮੇਸ਼ਾ ਸਾਡੀ ਉਹਨਾਂ ਨੇ ਮੰਨੀ ਹੈ, ਇਸ ਕਰਕੇ ਅਸੀਂ ਉਹਨਾਂ ਤੋਂ ਆਸ ਰੱਖਦੇ ਹਾਂ ਵੀ ਉਹ ਸਾਡਾ ਹਮੇਸ਼ਾ ਜ਼ਰੂਰ ਸਾਥ ਦੇ ਕੇ ਅਤੇ ਉਹ ਐਂਬੂਲੈਂਸ ਦੀ ਗੱਡੀ ਨੂੰ ਅਤੇ ਆਕਸੀਜਨ ਦੀਆਂ ਗੱਡੀਆਂ ਨੂੰ ਜ਼ਰੂਰ ਉਹ ਇਹ ਰਾਹ ਕਰਨਗੇ, ਇਹਨਾਂ ਸਾਨੂੰ ਪੱਕੇ ਉਹਨਾਂ 'ਤੇ ਇਮਾਨਦਾਰ ਅਫਸਰਾਂ 'ਤੇ ਬੜਾ ਯਕੀਨ ਆ ਸਾਨੂੰ, ਉਹਨਾਂ ਨੂੰ ਵੀ ਪਤਾ ਵੀ ਸਾਡੀ ਕਿਸੇ ਨਾਲ ਕੋਈ ਲੜਾਈ ਨਹੀਂ, ਅੱਜ ਲੋਕ ਕੁਛ ਵੀ ਸੋਚੀ ਜਾਣ ਜਾਂ ਸਾਡੇ ਬਾਰੇ ਸੋਚਦੇ ਆ ਉਹਦੀ ਵੀ ਕੋਈ ਗੱਲ ਨਹੀਂ, ਪਰ ਅਸੀਂ ਆਉਣ ਵਾਲੇ ਸਮੇਂ ਵਿੱਚ ਇਹ ਸੰਸਾਰ ਨੂੰ ਇਹ ਗੱਲ ਕਹਿਣਾ ਚਾਹੁੰਦੇ ਹਾਂ ਵੀ ਜਿੱਦਾਂ ਸੰਘਰਸ਼ ਸ਼ੁਰੂ ਹੋਇਆ ਅਸੀਂ ਜੱਦੀ ਇੱਥੇ ਬੈਠੇ ਹਾਂ, ਇਹ ਘੋੜੇ ਘੁੱਟੇ ਆ ਸਾਡੇ, ਅਸੀਂ ਸੈੱਡ ਨਹੀਂ ਹਾਲੇ ਤੱਕ ਪਾਇਆ ਕਿ ਉਹ ਸਾਡੀ ਜਥੇਬੰਦੀਆਂ ਨਾਲ ਕਿਸੇ ਨਾਲ ਸਾਡੀ, ਨਾ ਤਾਂ ਸਾਡੀ ਜਥੇਬੰਦੀ ਕੋਈ ਅੱਜ ਤੱਕ ਸਾਡੇ ਕੋਲ ਕੋਈ ਆਈ ਹੈ ਅਤੇ ਨਾ ਹੀ ਸਾਡਾ ਉਹਨਾਂ ਨਾਲ ਕਦੇ ਕੋਈ ਭੇਟ ਰਾਬਤਾ ਹੋਇਆ, ਇਸ ਕਰਕੇ ਅਸੀਂ ਹਮੇਸ਼ਾ ਪਰਮੇਸ਼ਰ ਅਕਾਲ ਪੁਰਖ ਦੇ ਭਾਣੇ 'ਚ ਹੀ ਰਹਿਣਾ ਅਤੇ ਜੋ ਸੰਗਤ ਅੱਗੇ ਫੈਸਲਾ ਕਰੂਗੀ ਅਸੀਂ ਸੰਗਤ ਦੇ ਨਾਲ ਹੈ, ਇੱਦਾਂ ਦੀ ਕੋਈ ਗੱਲ ਨਹੀਂ, ਪੁਲਿਸ ਪ੍ਰਸ਼ਾਸਨ ਦੇ ਨਾਲ ਉਹ ਸਾਡਾ ਜ਼ਰੂਰ ਬਚਣਾ। ਦੱਸਦੀ ਕਿ ਰਸਤਾ ਖੋਲ੍ਹਣ ਨੂੰ ਲੈ ਕੇ ਨਿਹੰਗ ਸਿੰਘਾਂ ਨੂੰ ਦਿੱਲੀ ਪੁਲਿਸ ਨੇ 2 ਦਿਨ ਦਾ ਸਮਾਂ ਦਿੱਤਾ ਹੈ, ਹੁਣ ਦੇਖਣਾ ਇਹ ਹੋਵੇਗਾ ਕਿ ਦਿੱਲੀ ਪੁਲਿਸ ਵੱਲੋਂ ਨਿਹੰਗ ਸਿੰਘਾਂ ਦੇ ਅਨੁਸਾਰ ਰਸਤੇ ਨੂੰ ਕਲੀਅਰ ਕੀਤਾ ਜਾ ਰਿਹਾ ਜਾਂ ਫਿਰ ਨਹੀਂ। ਦਿੱਲੀ ਤੋਂ ਗੁਰਪ੍ਰੀਤ ਸੱਭਰਵਾਲ ਦੀ ਰਿਪੋਰਟ, D5 ਚੈਨਲ ਪੰਜਾਬੀ।